ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਭ ਦਾ ਬੀ ਨੀਟਿੰਗ ਚੈਨਲ 'ਤੇ। ਅਤੇ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਬੁਣਤੀ ਦਾ ਬਹੁਤ ਹੀ ਸੌਖਾ ਅਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਇਨ ਲੈ ਕੇ। ਇਹ ਡਿਜ਼ਾਇਨ ਸਪੈਸ਼ਲ ਮੇਰੀਆਂ ਭੈਣਾਂ ਦੀ ਕੋਟੀ ਜੈਕਟ ਦੇ ਲਈ ਆ। ਬਹੁਤ ਹੀ ਸੋਹਣਾ ਡਿਜ਼ਾਇਨ ਆ ਇਹ। ਅੱਜ ਵਾਲਾ ਆਪਣਾ ਡਿਜ਼ਾਇਨ ਬਣਾਉਣ ਲਈ ਆਪਾਂ ਪੰਜ ਪੰਜ ਦੇ ਹਿਸਾਬ ਨਾਲ ਕੁੰਡੇ ਲੈ ਕੇ ਚਾਰ ਕੁੰਡੇ ਆਪਾਂ ਵੱਧ ਲੈ ਲੈਣੇ ਨੇ, ਫਿਰ ਇਹ ਡਿਜ਼ਾਇਨ ਆਪਣਾ ਆਸਾਨੀ ਨਾਲ ਸੈੱਟ ਹੋ ਜੂਗਾ। ਅਤੇ 6 ਸਲਾਈਆਂ ਦਾ ਇਹ ਡਿਜ਼ਾਇਨ 6 ਸਲਾਈਆਂ ਦੇ ਵਿੱਚ ਬਣ ਕੇ ਤਿਆਰ ਹੋਜੂ। ਹੁਣ ਆਪਾਂ ਕਰਦੇ ਹਾਂ ਡਿਜ਼ਾਇਨ ਸ਼ੁਰੂ। ਜੇਕਰ ਤੁਸੀਂ ਚੈਨਲ 'ਤੇ ਨਵੇਂ ਆਏ ਹੋ, ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ। ਇਹ ਹੈਗੀ ਡਿਜ਼ਾਇਨ ਦੀ ਪਹਿਲੀ ਸਿਲਾਈ ਜੀ, ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਆਪਾਂ ਬਿਨਾਂ ਬੁਣੇ ਉਤਾਰ ਕੇ 2 ਕੁੰਡੇ ਉਲਟੇ, 3 ਕੁੰਡੇ ਸਿੱਧੇ, 1 2 3। ਇਹੀ 5 ਕੁੰਡਿਆਂ ਨੂੰ ਆਪਾਂ ਰਿਪੀਟ ਕਰਨਾ। 2 ਕੁੰਡੇ ਉਲਟੇ, 3 ਕੁੰਡੇ ਸਿੱਧੇ। ਲਾਸਟ ਵਾਲੇ ਕੁੰਡੇ ਨੂੰ ਆਪਾਂ ਸਿੱਧਾ ਬਣਾਵਾਂਗੇ। ਬੈਕ ਸਾਈਡ ਆ ਗਏ, ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਕੇ, ਜਿਹੜੇ ਉੱਧਰ ਆਪਾਂ 2 ਕੁੰਡੇ ਉਲਟੇ ਬਣਾਏ ਆ ਉਹਨਾਂ ਨੂੰ ਆਪਾਂ ਸਿੱਧੇ ਬਣਾਵਾਂਗੇ, ਔਰ ਜਿਹੜੇ 3 ਕੁੰਡੇ ਸਿੱਧੇ ਬਣਾਏ ਆ ਉਹਨਾਂ ਨੂੰ ਬਣਾਵਾਂਗੇ ਉਲਟੇ। ਦੋ ਕੁੰਡੇ ਸਿੱਧੇ, 3 ਕੁੰਡੇ ਉਲਟੇ। ਸਿੱਧੀ ਸਾਈਡ 2 ਕੁੰਡੇ ਉਲਟੇ, 3 ਕੁੰਡੇ ਸਿੱਧੇ। ਫਿਰ ਆਪਾਂ ਸਾਰੀ ਸਿਲਾਈ ਉਸੇ ਤਰ੍ਹਾਂ ਹੀ ਰਿਪੀਟ ਕਰਨੀ ਆ। ਚੌਥੀ ਸਿਲਾਈ ਹੈ ਜੀ ਡਿਜ਼ਾਇਨ ਦੀ। ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਲੈਣਾ ਆਪਾਂ, ਅਤੇ ਧਾਗਾ ਪਿੱਛੇ ਕਰਕੇ ਸੇਮ ਉਸੇ ਤਰ੍ਹਾਂ ਹੀ ਆਪਾਂ ਸਾਰੀ ਸਿਲਾਈ ਬਣਾਵਾਂਗੇ। 2 ਕੁੰਡੇ ਸਿੱਧੇ, 3 ਉਲਟੇ। ਚਾਰ ਸਿਲਾਈਆਂ ਬਣ ਗਈਆਂ ਨੇ ਆਪਣੀਆਂ, ਦੇਖੋ ਇਸ ਤਰ੍ਹਾਂ। ਹੁਣ ਆ ਗਏ ਆਪਾਂ ਪੰਜਵੀਂ ਸਿਲਾਈ 'ਤੇ, ਸਿੱਧੇ ਪਾਸੇ।
ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਕੇ ਦੋ ਕੁੰਡੇ ਆਪਾਂ ਜਿਹੜੇ ਉਲਟੇ ਆ ਉਹਨਾਂ ਨੂੰ ਉਲਟੇ ਹੀ ਬਣਾਉਣਾ। ਹੁਣ ਆਪਾਂ ਸਿਲਾਈ ਦੇ ਉੱਪਰ ਦੀ ਇਸ ਤਰ੍ਹਾਂ ਧਾਗਾ ਘੁਮਾ ਲੈਣਾ, ਇੱਥੇ ਆਪਣੀ ਜਾਲੀ ਬਣੂਗੀ। ਅਤੇ ਆਹ ਜਿਹੜੇ ਤਿੰਨ ਕੁੰਡੇ ਆਪਾਂ ਸਿੱਧੇ ਬਣਾਏ ਆ, ਇਹ ਪਹਿਲੇ ਕੁੰਡੇ ਨੂੰ ਆਪਾਂ ਬਿਨਾਂ ਬੁਣੇ ਉਤਾਰ ਲੈਣਾ ਔਰ ਦੂਜੇ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਅੱਗੇ ਤੋਂ ਸਿਲਾਈ ਪਾ ਕੇ ਇੱਕ ਮਿੰਟ ਸਿਲਾਈ ਦੇ ਉੱਪਰ ਧਾਗਾ ਆਪਾਂ ਇਸ ਤਰ੍ਹਾਂ ਲਪੇਟਣਾ, ਧਾਗਾ ਜਿਹੜਾ ਆਪਣਾ ਪਿੱਛੇ ਚਲਾ ਜਾਵੇ। ਪਹਿਲਾ ਕੁੰਡਾ ਆਪਾਂ ਬਿਨਾਂ ਬੁਣੇ ਉਤਾਰ ਲੈਣਾ, ਦੂਜੇ ਦੋ ਕੁੰਡਿਆਂ ਨੂੰ ਆਪਾਂ ਦੋਵਾਂ ਦਾ ਇੱਕ ਕਰਨਾ ਇਸ ਤਰ੍ਹਾਂ, ਔਰ ਜਿਹੜਾ ਕੁੰਡਾ ਆਪਾਂ ਬਿਨਾਂ ਬੁਣੇ ਉਤਾਰਿਆ ਇਹਨੂੰ ਇਹਨਾਂ ਦੇ ਉੱਪਰ ਦੀ ਇਸ ਤਰ੍ਹਾਂ ਸਕਿੱਪ ਕਰ ਦੇਣਾ। ਇਹ ਆਪਣੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣ ਗਿਆ, ਇੱਕ ਕੁੰਡਾ ਆਪਣਾ ਇੱਥੇ ਘੱਟ ਗਿਆ। ਹੁਣ ਫਿਰ ਆਪਣੇ ਦੋ ਕੁੰਡੇ ਉਲਟੇ, ਧਾਗਾ ਪਿੱਛੇ ਕਰ ਲੈਣਾ, ਸਿਲਾਈ ਦੇ ਉੱਪਰ ਦੀ ਇਸ ਤਰ੍ਹਾਂ ਲਪੇਟ ਲੈਣਾ। ਇੱਕ ਵਲ ਮਾਰ ਲਿਆ, ਪਹਿਲੇ ਕੁੰਡੇ ਨੂੰ ਬਿਨਾਂ ਬੁਣੇ ਉਤਾਰ ਲੈਣਾ, ਦੂਜੇ ਦੋ ਕੁੰਡਿਆਂ ਨੂੰ ਆਪਾਂ ਦੋਵਾਂ ਦਾ ਇੱਕ ਕਰ ਦੇਣਾ, ਔਰ ਜਿਹੜਾ ਬਿਨਾਂ ਬੁਣੇ ਉਤਾਰਿਆ ਕੁੰਡਾ ਇਹਨੂੰ ਇਸ ਤਰ੍ਹਾਂ ਉੱਪਰ ਦੀ ਸਕਿੱਪ ਕਰ ਦਿਆਂਗੇ, ਡਰੋਪ ਕਰ ਦਿਆਂਗੇ। ਦੋ ਕੁੰਡੇ ਉਲਟੇ, ਲਾਸਟ ਵਾਲਾ ਕੁੰਡਾ ਆਪਣਾ ਸਿੱਧਾ ਆ ਜਾਊਗਾ। ਛੇਵੀਂ ਸਿਲਾਈ 'ਤੇ ਆ ਗਏ ਬੈਕ ਸਾਈਡ, ਦੋ ਕੁੰਡੇ ਸਿੱਧੇ ਇਸ ਤਰ੍ਹਾਂ, ਧਾਗਾ ਆਪਣੇ ਵਾਲੀ ਸਾਈਡ ਕਰ ਲੈਣਾ, ਇੱਕ ਕੁੰਡਾ ਉਲਟਾ, ਫਿਰ ਸਿਲਾਈ ਉੱਪਰ ਇਸ ਤਰ੍ਹਾਂ ਧਾਗਾ ਘੁਮਾਉਣਾ, ਜਿਹੜਾ ਆਪਣਾ ਕੁੰਡਾ ਘੱਟ ਗਿਆ ਉਹ ਆਪਾਂ ਇਸ ਤਰ੍ਹਾਂ ਪੂਰਾ ਕਰ ਲੈਣਾ, ਔਰ ਆ ਜਾਲੀ ਵਾਲੇ ਕੁੰਡੇ ਨੂੰ ਵੀ ਉਲਟਾ ਹੀ ਬੁਣ ਦੇਣਾ। ਇੱਥੇ ਆਪਣੇ ਤਿੰਨ ਕੁੰਡੇ ਬਣ ਗਏ ਨੇ, ਫਿਰ ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ, ਧਾਗਾ ਆਪਣੀ ਵਾਲੀ ਸਾਈਡ ਕਰਕੇ ਪਹਿਲਾਂ ਆਪਾਂ ਇੱਕ ਕੁੰਡਾ ਉਲਟਾ ਬੁਣਨਾ ਇਸ ਤਰ੍ਹਾਂ, ਫਿਰ ਸਿਲਾਈ ਉੱਪਰ ਧਾਗਾ ਘੁਮਾ ਕੇ ਜਾਲੀ ਵਾਲੇ ਕੁੰਡੇ ਨੂੰ ਬਾਅਦ 'ਚ ਬੁਣਨਾ। ਦੋ ਕੁੰਡੇ ਸਿੱਧੇ, ਲਾਸਟ ਵਾਲੇ ਕੁੰਡੇ ਨੂੰ ਵੀ ਆਪਾਂ ਸਿੱਧਾ ਹੀ ਬੁਣਾਂਗੇ। ਅਤੇ ਡਿਜ਼ਾਇਨ ਦੇਖੋ ਆਪਣਾ ਬਣਨਾ ਸਟਾਰਟ ਹੋ ਗਿਆ। ਇਹੀ ਛੇ ਸਿਲਾਈਆਂ ਦਾ ਡਿਜ਼ਾਇਨ ਆ ਜੀ, ਛੇ ਸਿਲਾਈਆਂ ਨੂੰ ਆਪਾਂ ਅੱਗੇ ਤੋਂ ਅੱਗੇ ਰਿਪੀਟ ਕਰਦੇ ਜਾਣਾ ਅਤੇ ਬਹੁਤ ਹੀ ਪਿਆਰਾ ਆਪਣਾ ਡਿਜ਼ਾਇਨ ਬਣਦਾ ਜਾਊਗਾ। ਦੇਖੋ ਬਣਿਆ ਹੋਇਆ ਇਹ ਡਿਜ਼ਾਇਨ ਕਿੰਨਾ ਸੋਹਣਾ ਲੱਗਦਾ, ਉਮੀਦ ਆ ਤੁਸੀਂ ਇਸ ਡਿਜ਼ਾਇਨ ਨੂੰ ਜ਼ਰੂਰ ਪਸੰਦ ਕਰੋਗੇ। ਜੇਕਰ ਡਿਜ਼ਾਇਨ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ। ਚਲੋ ਜੀ ਮਿਲਦੇ ਹਾਂ ਇੱਕ ਨਵੇਂ ਅਤੇ ਸੌਖੇ ਡਿਜ਼ਾਇਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ। ਵੀਡੀਓ ਐਂਡ ਤੱਕ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।